पिंड माला राम तीर्थ रोड गुरद्वारा सिंह सभा विखे दिन दिहाड़े गोलक चोरी और चोरों ने बारियां तोड़ के किए गए नुकसान का समाचार प्राप्त हो। मिली जानकारी अनुसार नंगे सिर गुरद्वारा साहब विखे चोर दाखिल होए। पत्रकारों नाल गलबात करदिया प्रबंधक कमेटी के मैंबर ने दसिया कि करीब सवेरे 11 बजे पिछले दिन गोलक चोरी होंदी है। जदों असी इत्थे पहुँचे तो कैमरे की रिकॉर्डिंग राही पता लगा कि यह चोर नंगे सिर मोना जहा अते पतला जहा चोर दरबार साहब अंदर दाखिल होया। उसने मत्था टेक के बहुत ही चतराई नाल कैमरे का मूँह उपर सत वल मोड़ दिता अते गुरु साहब के अगे पए शास्त्रां नाल गोलक भन्नी अते पैसे कढ के लै गया, जिसकी असी इतला संबंधित थाने विच दित्ती। प्रबंधकां ने दस्या कि बीते कल दिन च ही फिर चोरों वलों गुरु घर दाखिल होकर बारियां अते शीशे तोड़े गए। फिर असी दोबारा चौंकी दस चुके हाँ, प्रशासन वालों मौका भी देखा गया है। शरारती अंसरों वालों बेअदबी दीयां घटनां नूं भी अंजाम दिता जा सकता है। असी पुलिस प्रशासन तो मंग करते हाँ कि जल्द तो जल्द चोरों नूं लभ के बनदी कार्रवाई की जाए। इस मौके पुलिस प्रशासन ने कहा कि साडी लगातार भाल जारी है, जल्द ही असी चोरों नूं लभ के बनदी कार्रवाई करांगे। इस मौके ग्रंथी तरसेम सिंह, अमरीक सिंह प्रधान, शमशेर सिंह, गुरमीत सिंह, आकाशदीप सिंह, संदीप सिंह, प्रगट सिंह, सुखमन सिंह अते होर आगू हाजिर सन। अमृतसर तो मनप्रीत सिंह आजाद की खास रिपोर्ट। LBS न्यूज़ देख रहे समूह दर्शकों का स्वागत है जी। जिथे बेदबियां दी घटनावां नूं हर जगह जगह अंजाम दिता जा रहा है, जिन्हां नूं बेदबियां दी घटनावां नूं अहल ठल नहीं पई, और जिथे बेदबियां घटनावां नूं अंजाम दिता जा रहा है उत्थे जिहड़ियां गुरु घर दीआं गोलकां हन उह वी सेफ नहीं नज़र आ रहियां। अज्ज असीं पहुंचे हाँ पिंड माला दे सिंह सभा गुरद्वारा साहिब विखे राम तीर्थ रोड ते, जिथे कि पिछले कुछ दिन पहलां गोलक चोरी हुंदी है और बीते कल फिर दोबारा बारियां नूं तोड़िया जांदा है। गल्लबात करन वास्ते असीं प्रबंधक कमेटी दे नाल जुड़े हाँ। ਵੀਰ ਜੀ, ਕੀ ਕਾਰਨ ਹੈ ਤੁਹਾਡੇ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕ ਪਿਛਲੇ ਦਿਨ ਚੋਰੀ ਹੁੰਦੀ ਹੈ ਔਰ ਕੱਲ੍ਹ ਬਾਰੀ ਤੋੜੀ ਜਾਂਦੀ, ਕੀ ਕਾਰਨ ਆ ਜੀ? ਮੈਂ ਸਰਦਾਰ ਸ਼ਮਸ਼ੇਰ ਸਿੰਘ ਪਿੰਡ ਮਾਲ ਤੋਂ ਬੋਲਦਾ ਹਾਂ ਜੀ। ਇਹ ਸਭ ਤੋਂ ਨਸ਼ੇ ਦੀ ਵੱਡੀ ਕਾਮਯਾਬੀ ਆ, ਨਸ਼ਾ ਬਹੁਤ ਜ਼ਿਆਦਾ ਸਾਡੇ ਪਿੰਡ ਚੱਲਦਾ ਅਤੇ ਇਹ ਕੰਮ ਹੋਣ ਡਿਆ। ਪਿਛਲੀ 22 ਤਰੀਕ 'ਤੇ ਚੋਰੀ ਹੋਈ ਆ ਜੀ, ਗੋਲ ਟੁੱਟੀ ਆ ਸਾਨੂੰ ਜਦੋਂ ਹੁਕਮ ਗਿਆ ਬਾਬੇ ਦਾ, ਅਸੀਂ ਉਸੇ ਵੇਲੇ ਹਾਜ਼ਰ ਹੋਏ ਹਾਂ। ਕੱਲ੍ਹ ਫਿਰ ਹੋਈ ਆ, ਫਿਰ ਅਸੀਂ ਉਸੇ ਵੇਲੇ ਬਾਬੇ ਨੇ ਸੁਣਾ ਦਿੱਤਾ, ਉਸੇ ਵੇਲੇ ਗੁਰਦੁਆਰੇ ਆਏ ਹਾਂ। ਪੁਲਿਸ ਨੂੰ ਫੋਨ ਕੀਤੇ ਆ, ਪਹਿਲੀ ਵੀ ਮੈਂ ਪੁਲਿਸ ਰਿਪੋਰਟ ਦਿੱਤੀ ਆਪਣੀ ਨੈੱਟ ਫਾਜ ਕਰਕੇ, ਪੁਲਿਸ ਵੀ ਮੌਕਾ ਵੇਖ ਗਈ ਆ, ਪਰ ਕੁਛ ਕੋਈ ਸੁਣਦਾ ਨਹੀਂ ਸਾਡੀ। ਇਹ ਕਿੰਨੇ ਦਿਨ ਪਹਿਲਾਂ ਗੋਲਕ ਚੋਰੀ ਹੁੰਦੀ ਆ? ਪਹਿਲਾਂ 22 ਤਰੀਕ ਨੂੰ ਹੋ ਰਹੀ ਆ ਜੀ, ਹੁਣ ਕੱਲ੍ਹ ਫਿਰ ਹੋਈ ਆ ਜੀ, ਕੱਲ੍ਹ 6 ਤਰੀਕ ਦੀ ਆ ਜੀ। ਮੈਂ ਵੇਖਿਆ ਕਿ ਕੈਮਰੇ ਦੇ ਵਿੱਚ ਉਹ ਵਿਅਕਤੀ ਆਉਂਦਾ ਵੀ ਆ, ਪ੍ਰਸ਼ਾਸਨ ਵੀ ਆ ਕੇ ਤੁਸੀਂ ਕਹਿੰਦੇ ਕਿ ਮੌਕਾ ਦੇਖ ਕੇ ਜਾਂਦਾ, ਪਰ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ? ਬਾਕੀ ਅਸੀਂ ਸੇਵਾ ਵੇਖੋ, ਸਾਰੀ ਕੈਮਰੇ ਪੂਰੇ ਲਵਾਏ ਜੀ, ਅੰਦਰ ਵੀ ਬਾਹਰ ਵੀ ਸਾਰੀ ਫੋਟੋ ਆਉਂਦੀ ਆ, ਕਲੀਅਰ ਫੋਟੋ ਵੇਖ ਕੇ ਪੁਲਿਸ ਵਾਲੇ ਵੀ, ਪਰ ਕਾਰਵਾਈ ਅੱਗੇ ਕੋਈ ਨਹੀਂ ਕਰਦਾ ਪੁਲਿਸ ਵਾਲਾ। ਇਹ ਗੁਰੂ ਘਰ ਜਿਹੜਾ ਮੇਨ ਰੋਡ ਦੇ ਉੱਤੇ ਸਥਿਤ ਵਾ, ਇਹ ਤੁਹਾਨੂੰ ਨਹੀਂ ਲੱਗਦਾ ਕਿਤੇ ਸੇਵਾਦਾਰ ਵੀ ਦੀ ਸੇਵਾਦਾਰ ਦੀ ਵੀ ਲੋੜ ਆ? ਹਾਂਜੀ, ਸੇਵਾਦਾਰ ਦੀ ਲੋੜ ਆ ਜੀ। ਇੱਥੇ ਦਰਸ਼ਕੋ ਦੱਸਣਾ ਬਣਦਾ ਹੈ ਕਿ ਇੱਥੇ ਸੇਵਾਦਾਰ ਨਹੀਂ ਸੀ, ਪਰ ਕੀ ਕਰੀਏ ਕਿ ਜਿਹੜੀ ਗੁਰੂ ਘਰਾਂ ਦੀ ਜਿਹੜੀ ਆਮਦਨ ਹੈ ਉਹ ਇੰਨੀ ਨਹੀਂ ਹੈ, ਪ੍ਰਬੰਧਕਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਸੇਵਾਦਾਰ ਨੂੰ ਰੱਖ ਲਈਏ। ਸਾਡੇ ਨਾਲ ਗ੍ਰੰਥੀ ਸਿੰਘ ਮੌਜੂਦ ਹੈ ਜਿਹੜੇ ਕਿ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਹਨ। ਭਾਈ ਤਰਸੇਮ ਸਿੰਘ ਜੀ, ਕੀ ਕਾਰਨ ਹਨ ਕਿ ਆਪਣੇ ਤੁਹਾਡੀ ਜੋ ਇੱਥੇ ਡਿਊਟੀ ਕਰਦੇ ਹੋ ਤੁਸੀਂ, ਗੁਰੂ ਘਰ ਦਿਨੇ ਗੋਲਕ ਚੋਰੀ ਹੁੰਦੀ ਹੈ, ਦਿਨੇ ਹੀ ਬਾਰੀ ਟੁੱਟਦੀ ਹੈ, ਕੀ ਕਾਰਨ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤਰਸੇਮ ਸਿੰਘ, ਗ੍ਰੰਥੀ ਸਾਹਿਬ ਗੁਰਦੁਆਰਾ ਸਿੰਘ ਸਭਾ ਪਿੰਡ ਮਾਲ, ਮੈਂ ਜਦੋਂ ਦਾ ਗੁਰਦੁਆਰਾ ਸਾਹਿਬ ਬਣਿਆ ਉਦੋਂ ਦੀ ਸੇਵਾ ਨਿਭਾ ਰਿਹਾ ਵਾਂ ਜੀ, ਸਾਰਾ ਪਰਿਵਾਰ ਨਾਲ ਹੈ ਆਪਣੇ। ਅਤੇ ਜਿਹੜੀ ਇਹ ਗੋਲਕ ਚੋਰੀ ਹੈ, ਜਦੋਂ ਵੀ ਇੱਥੇ ਨੁਕਸਾਨ ਹੁੰਦਾ ਵਾ ਦਿਨ ਦੇ ਟਾਈਮ 'ਤੇ ਹੁੰਦਾ ਵਾ, ਰਾਤ ਨੂੰ ਆਪਣੇ ਜਿਹੜੇ ਬੱਚੇ ਇੱਥੇ ਸੌਂਦੇ ਨੇ ਲੜਕੇ 2, 3 ਜਣੇ ਵੀ ਹੋ ਜਾਂਦੇ ਕਿਸੇ ਵੇਲੇ। ਅਤੇ ਦਿਨੇ ਜਦੋਂ ਪਹਿਲਾਂ 2 ਤਰੀਕ ਨੂੰ ਗੁਰਪੁਰਬ ਤੋਂ ਬਾਅਦ ਇਹ ਚੋਰੀ ਹੁੰਦੀ ਆ, ਗੋਲਖ ਜਿਹੜੀ ਜਿੰਦਰਾ ਭੰਨ ਕੇ ਲੈ ਜਾਂਦੇ ਨੇ, ਕੈਮਰੇ ਨੂੰ ਤਾਂ ਕਰ ਜਾਂਦੇ ਆ। ਮੁੜ ਕੇ ਉਸ ਤੋਂ ਬਾਅਦ ਕੱਲ੍ਹ 6 ਤਰੀਕ 'ਤੇ ਫਿਰ ਕੋਈ ਦੂਜਾ ਹੋਰ ਕੋਈ ਚੋਰ ਆਇਆ ਵਾ ਅਤੇ ਉਹਨੇ ਬਾਰੀ 'ਤੇ ਸੀਸਾ ਭੰਨ ਦਿੱਤਾ ਵਾ, ਅਤੇ ਪੁਲਿਸ ਦੀ ਰਿਪੋਰਟ ਵੀ 2 ਤਰੀਕ 'ਤੇ ਵੀ ਦਿੱਤੀ ਸੀਗੀ, ਅਤੇ ਕੱਲ੍ਹ ਵੀ ਉਹਨਾਂ ਨੂੰ ਫੋਨ ਕੀਤਾ ਸੀਗਾ ਅਤੇ ਉਹਨਾਂ ਨੇ ਕਿਹਾ ਵੀ ਬੰਦਾ ਲੱਭਾਂਗੇ, ਕਾਰਵਾਈ ਕਰਾਂਗੇ, ਅਜੇ ਤੱਕ ਤਾਂ ਕੋਈ ਵੀ ਪਹੁੰਚਾ ਨਹੀਂ ਇੱਥੇ ਦੁਬਾਰਾ ਜੀ। ਇਹ ਭਾਈ ਤਰਸੇਮ ਸਿੰਘ ਦੀ ਗੋਲਕ ਦੇ ਵਿੱਚ ਕਿੰਨੇ ਕੁ ਪੈਸੇ ਹੋਣਗੇ? ਪੈਸੇ ਜੀ ਵੇਖੋ, ਜਿਹੜੇ ਪੈਸੇ ਤਾਂ ਹੁਣ ਗੋਲਕ ਦੇ ਵਿੱਚ ਕੋਈ ਹੋਊਗਾ 2-2.5 ਹਜ਼ਾਰ ਰੁਪਇਆ ਉਸ ਟਾਈਮ 'ਤੇ ਗੁਰਪੁਰਬ 'ਤੇ, ਜਿਹੜੇ ਪੈਸੇ ਸੀ ਭੋਗ ਤੋਂ ਉਪਰੰਤ ਆਪਾਂ ਗੋਲਖ ਜਿਹੜੀ ਸੀ ਖਾਲੀ ਆ ਸੇਵਾਦਾਰਾਂ ਨੇ ਚੁੰਕ ਆਪਣੇ ਕਮੇਟੀ ਵਾਲਿਆਂ ਨੇ ਨਾਲ ਹੋ ਕੇ ਅਤੇ ਖਾਲੀ ਕਰ ਲਈ ਸੀਗੀ।
ਉਦੋਂ 4 ਦਿਨਾਂ ਦੇ ਪੈਸੇ ਹੀ ਵਿੱਚ 1500 ਰੁਪਈਆ ਹੋਊਗਾ। ਜਦੋਂ ਗੋਲਕ ਚੋਰੀ ਹੁੰਦੀ ਆ ਤੁਹਾਨੂੰ ਕਿਵੇਂ ਪਤਾ ਲੱਗਦਾ, ਤੁਸੀਂ ਉਸ ਟਾਈਮ ਕਿੱਥੇ ਸੀ? ਉਸ ਟਾਈਮ 'ਤੇ ਜੀ ਮੇਰੀ 3 ਤੋਂ 5 ਡਿਊਟੀ ਸੀ ਪਿੰਡ ਵਿੱਚ, ਅਖੰਡ ਪਾਠ ਆਰੰਭਤਾ ਕੀਤੀ ਗਈ ਸੀਗੀ ਅਤੇ ਇੱਕ ਪੰਡਿਤ ਬਾਹਮਣ ਸਿੰਘ ਬਾਹਮਣ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਇੱਥੇ ਅਤੇ ਉਹ ਲਾਹਣੀਆਂ ਦਾ ਪਾਠ ਇੱਥੇ ਪੜ੍ਹਨਾ ਸੀ ਅਤੇ ਇੱਥੇ ਦੇਗ ਪ੍ਰਸਾਦ ਵੀ ਬਣਾਈ ਜਾਂਦੀ ਹੈ। ਮੇਰਾ ਲੜਕਾ ਆਕਾਸ਼ਦੀਪ ਸਿੰਘ ਮੈਨੂੰ ਭੇਜਿਆ ਵੀ ਜਾ ਕੇ ਦੇਗ ਪ੍ਰਸਾਦ ਬਣਾਓ। ਇਹ 2:30 ਵਜੇ ਦੇਗ ਪ੍ਰਸਾਦ ਬਣਾ ਕੇ ਅਤੇ ਇੱਥੋਂ ਚਲ ਗਿਆ ਵਾ ਅਤੇ ਉਸ ਤੋਂ ਬਾਅਦ ਮੁੜ ਕੇ ਨਹੀਂ 2:30 ਵਜੇ ਨਹੀਂ 12:30 ਵਜੇ ਦੇਗ ਪ੍ਰਸਾਦ ਬਣਾ ਕੇ ਗਿਆ ਵਾਂ ਅਤੇ ਮੁੜ ਕੇ ਉੱਧਰੋਂ ਫੋਨ ਆ ਜਾਂਦਾ ਵੀ ਅਸੀਂ ਪ੍ਰਾਣੀ ਨੂੰ ਇਸ਼ਨਾਨ ਪਾਣੀ ਕਰਾਉਣ ਦੇ, ਬਾਬਾ ਜੀ ਤੁਸੀਂ ਪਹੁੰਚੋ। 1.5 ਘੰਟੇ ਬਾਅਦ ਮੈਂ ਇੱਥੇ ਆ ਜਾਂਦਾ, ਮਤਲਬ ਆਣ ਕੇ ਮੈਂ ਗੁਰਦੁਆਰੇ ਝਾਤੀ ਮਾਰਦਾ ਅਤੇ ਜਿੰਦਰਾ ਜਿਹੜਾ ਟੁੱਟਾ ਪਿਆ ਵਾ ਅਤੇ ਮੈਂ ਕਹਿੰਦੇ ਬਾਹਰੋਂ ਖਰੇ ਜਿੰਦਰਾ ਜਿਹੜਾ ਵਾ ਟੁੱਟਾ ਉਸ ਤਰ੍ਹਾਂ ਹੀ ਸੁੱਟਿਆ ਵਾ ਅਤੇ ਮੁੜ ਕੇ ਮੈਂ ਗਾੜੀ ਗਿਆ ਵਾਂ ਅਤੇ ਉੱਥੇ ਜੋ ਗੁਲਦਸਤੇ ਤੀਰ ਖਿਲਰੇ ਖੁਲਰੇ ਪਏ ਮੈਂ ਫਿਰ ਵੇਖਿਆ, ਮੈਂ ਤਾਂ ਗੋਲਖ ਦਾ ਜਿੰਦਰਾ ਟੁੱਟ ਗਿਆ ਵਾ ਅਤੇ ਫਿਰ ਮੈਂ ਆਪਣੇ ਲੜਕੇ ਨੂੰ ਫੋਨ ਕੀਤਾ ਵੀ ਤੂੰ ਸੇਤੀ ਆ। ਇਹ ਜਦੋਂ ਇਹ ਦੇਗ ਪ੍ਰਸਾਦ ਬਣਾ ਕੇ ਘਰ ਜਾਂਦਾ ਵਾ ਅਤੇ ਚੋਰ ਜਿਹੜਾ ਬਾਅਦ ਵਿੱਚ ਇੱਥੇ ਆਣ ਕੇ ਚੋਰੀ ਕਰ ਲੈਂਦਾ ਵਾ ਅਤੇ ਜਦੋਂ ਚੋਰੀ ਕਰਕੇ ਚੋਰ ਚਲ ਜਾਂਦਾ ਤਾਂ ਉਸ ਤੋਂ ਬਾਅਦ ਫੌਰਨ ਮੈਂ 10-20 ਮਿੰਟਾਂ ਪਿੱਛੋਂ ਮੈਂ ਇੱਥੇ ਆ ਜਾਂਦਾ ਵਾਂ ਅਤੇ ਆਣ ਕੇ ਪਤਾ ਲੱਗਦਾ ਵੀ ਆਹ ਚਾਂਸ ਹੋ ਗਿਆ। ਫਿਰ ਮੈਂ ਚਾਚਾ ਸ਼ਮਸ਼ੇਰ ਸਿੰਘ ਆਪਣੇ ਕਮੇਟੀ ਮੈਂਬਰ ਆ ਇਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਵੀ ਚਾਚਾ ਜੀ ਆਹ ਗੱਲਬਾਤ ਹੋ ਗਈ ਆ ਅਤੇ ਫਿਰ ਇਹ ਆਏ, ਇਹਨਾਂ ਨੇ ਚੌਂਕੀ ਰਿਪੋਰਟ ਦਿੱਤੀ ਹੈ ਅਤੇ ਚੌਂਕੀ ਵਾਲੇ ਮੌਕਾ ਵੇਖ ਕੇ ਗਏ SHO ਸਾਹਿਬ। ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਤਰਸੇਮ ਸਿੰਘ ਜੀ, ਤੁਸੀਂ ਦੱਸ ਰਹੇ ਹੋ ਕਿ ਜਦੋਂ ਦਾ ਗੁਰੂ ਘਰ ਬਣਿਆ ਉਦੋਂ ਦੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਪਹਿਲਾਂ ਵੀ ਕੋਈ ਇਹੋ ਜਿਹੀ ਘਟਨਾ ਹੋਈ ਆਪ ਜੀ ਦੇ ਗੁਰਦੁਆਰੇ? ਪਹਿਲਾਂ ਜੀ ਅੱਜ ਤੋਂ 10-12 ਸਾਲ ਪਹਿਲਾਂ ਕੋਈ ਛੋਟਾ ਜਿਹਾ ਬੱਚਾ ਸੀ, ਉਹ ਇੱਥੇ ਅਗਰਬੱਤੀਆਂ ਦੀਆਂ ਤੀਲਾਂ ਤੂਲਾਂ ਲੈ ਕੇ ਕੱਢਦਾ ਹੁੰਦਾ ਸੀ ਅਤੇ ਇਸ ਤਰ੍ਹਾਂ ਜਦੋਂ ਕਮੇਟੀ ਤੋਂ ਆਪਾਂ ਗੋਲਖ ਕੱਢਦੇ ਹਾਂ ਅਤੇ ਵਿੱਚੋਂ ਹੱਥ 'ਤੇ ਆਉਂਦੀਆਂ ਵੀ ਤੀਲਾਂ ਆਉਂਦੀਆਂ ਵੀ ਮੇਰੇ ਬੱਚੇ ਵੀ ਇੱਥੇ, ਮੈਂ ਕਿਸੇ ਨੂੰ ਸਾਕਣਾ ਪਵੇ ਕਿਤੇ ਇਹਦੇ ਬੱਚੇ ਨਹੀਂ ਇਹ ਕੰਮ ਕਰਦੇ। ਮੈਂ ਨਿਗਰਾਨੀ ਕੀਤੀ, ਮੈਂ ਆਪਣੇ ਕੈਮਰੇ ਦਾ ਮੋਬਾਇਲ ਖੋਲ੍ਹ ਕੇ ਉੱਥੇ ਮੈਂ ਲਾਇਆ ਸੀ ਪਿੱਛੇ ਜੇ 10-12 ਸਾਲ ਹੋ ਗਏ। ਉਹ ਫਿਰ ਛੋਟਾ ਜਿਹਾ ਮੁੰਡਾ ਮੈਂ ਕਾਬੂ ਕੀਤਾ ਸੀ, ਇਹਨਾਂ ਚੌਂਕੀ ਵੀ ਫੜਾਇਆ ਸੀ ਉਹਨੂੰ, ਉਸ ਤੋਂ ਬਾਅਦ ਹੁਣ ਆ ਵਾਰਦਾਤ ਹੋਈ ਜੀ। ਭਾਈ ਤਰਸੇਮ ਸਿੰਘ ਜੀ, ਤੁਹਾਡੀ ਇੱਥੇ ਡਿਊਟੀ ਕਿੰਨਾ ਚਿਰ ਜੀ? ਡਿਊਟੀ ਤਾਂ ਵਾਹਿਗੁਰੂ ਜੀ ਵੇਖੋ ਬਾਬਾ ਜੀ ਦੀ ਕਿਰਪਾ ਨਾਲ ਜਦੋਂ ਦਾ ਗੁਰਦੁਆਰਾ ਸਾਹਿਬ ਬਣਿਆ ਉਦੋਂ ਦੀ ਡਿਊਟੀ ਆਪਣੀ ਚੱਲ ਰਹੀ ਜੀ। ਦਿਨ ਦੇ ਵਿੱਚ ਕਿੰਨੀ ਡਿਊਟੀ ਤੁਸੀਂ ਇੱਥੇ ਦਿੱਤੇ ਹੋ? ਦਿਨ ਦੇ ਵਿੱਚ ਵੇਖੋ ਜੀ ਆਪਾਂ 3 ਵਜੇ ਜੀ ਉੱਠਦੇ ਹਾਂ ਅਤੇ 5 ਪ੍ਰਕਾਸ਼ ਕਰਕੇ ਦੇਗ ਪ੍ਰਸਾਦ ਬਣਵਾਈਂਦਾ ਰੋਜ਼ਾਨਾ ਜੀ। ਉਸ ਤੋਂ ਬਾਅਦ ਫਿਰ 5 ਵਜੇ ਨਿਤਨੇਮ ਦੀ ਰਮਤਾ ਹੁੰਦੀ ਅਤੇ 6:15 ਵਜੇ ਭੋਗ ਪੈ ਜਾਂਦਾ ਵਾ ਅਤੇ 7:30-8 ਵਜੇ ਆਪਾਂ ਇੱਥੋਂ ਚਲ ਜਾਂਦੇ ਘਰਾਂ ਨੂੰ ਕਿ ਡਿਊਟੀ ਵੀ ਖੰਡ ਪਾ ਆਰੰਭ ਕੀਤਾ ਜਾਂ ਹੋਰ ਆਪਣੇ ਰਝੇਵੇਂ ਘਰਾਂ ਦੇ ਵੀ ਇੱਥੋਂ ਫਿਰ ਆਪਾਂ ਚਲੇ ਜਾਂਦੇ। ਸ਼ਾਮੀ ਫਿਰ ਰਹਿਰ ਹਾਦੇ ਟਾਈਮ 'ਤੇ ਆਈਦਾ ਵਾ ਅਤੇ ਰਾਤ ਨੂੰ ਆਪਣੇ 2 ਲੜਕੇ ਸੌਂਦੇ ਜੀ ਇੱਥੇ। ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਸਾਡੀ ਇਹੋ ਹੀ ਆ ਵੀ ਇਹ ਜਿਹੜਾ ਇਹਨਾਂ ਨੂੰ ਠੱਲ ਪਾਈ ਜਾਵੇ ਚੋਰਾਂ ਨੂੰ, ਆ ਜਿਹੜੇ ਬੇਦਗੀਆਂ ਹੁੰਦੀਆਂ ਜਾਂ ਚੋਰੀ ਗੁਰੂ ਧਾਮ ਦੇ ਵਿੱਚ ਹੁੰਦੀ ਹੈ, ਨਹੀਂ ਹੋਣੀ ਚਾਹੀਦੀ ਬਿਲਕੁਲੋਂ। ਇਹ ਜਿਹੜੀ ਨਿਖੇਧੀ ਦੀ ਗੱਲ ਆ, ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ। ਸਾਨੂੰ ਇਹਨਾਂ ਨੂੰ ਸਰਕਾਰ ਨੂੰ ਵੀ ਜਿਹੜਾ ਸਹਿਯੋਗ ਦੇਣਾ ਚਾਹੀਦਾ ਵਾ ਅਤੇ ਪਿੰਡ ਦਾ ਵੀ ਫਰਜ਼ ਬਣਦਾ ਵਾ ਵੀ ਇਹ ਇਕੱਲਾ ਗ੍ਰੰਥੀ ਸਿੰਘ ਜਾਂ ਕਮੇਟੀ ਵਾਲੇ ਨਹੀਂ ਵੀ ਇਹ ਗੁਰਦੁਆਰਾ ਚਲਾਉਣ। ਪਿੰਡ ਦਾ ਸਾਂਝਾ ਗੁਰਦੁਆਰਾ ਹੁੰਦਾ, ਪਿੰਡ ਵਾਲਿਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਾ ਵੀ ਕੋਈ ਨਾ ਕੋਈ ਇੱਥੇ ਆਣ ਕੇ ਅਤੇ ਆਪਣਾ ਪਹਿਰੇਦਾਰੀ ਦੇਵੇ, ਕੋਈ ਜਾਂ ਨੌਜਵਾਨ ਸਿੰਘ ਆ ਜਾਂ ਕੋਈ ਬਜ਼ੁਰਗ ਆ ਆਪਣਾ ਕੋਈ ਵਾਰੀਆਂ ਵੱਧ ਜਾਣ ਜਾਂ ਕਿਸ ਤਰ੍ਹਾਂ ਵੀ ਆ, ਅਤੇ ਇਹ ਕੋਈ ਨਾ ਕੋਈ ਇੱਥੋਂ ਦਾ ਪ੍ਰਬੰਧ ਕੀਤਾ ਜਾਵੇ। ਨਹੀਂ ਤਾਂ ਕੋਈ ਅੱਜ ਗੋਲਖ ਟੁੱਟੀ ਆ, ਕੱਲ੍ਹ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਕੋਈ ਹੱਲਾ ਬੋਲ ਜਾਂ ਕੋਈ ਬੇਦਗੀ ਵਾਲਾ ਹਿਸਾਬ ਹੋਊਗਾ ਅਤੇ ਉੱਥੇ ਫਿਰ ਤੁਸੀਂ ਆਪ ਸਿਆਣੇ ਜੇ ਵੀ ਕੀ ਹੋਣਾ ਚਾਹੀਦਾ ਵਾ ਹੈ ਨਾ। ਇਹ ਸਨ ਗ੍ਰੰਥੀ ਸਿੰਘ ਜਿਹੜੇ ਕਿ ਗੁਰੂ ਘਰ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਸਨ। ਇਹਨਾਂ ਨੇ ਦੱਸਿਆ ਕਿ ਮੇਰੀ ਡਿਊਟੀ ਤਾਂ ਇੱਥੇ ਹੁੰਦੀ ਆ ਪਰ ਨੇਤਰੇਮ ਤੋਂ ਉਪਰੰਤ ਮੈਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਹੈ, ਸੰਗਤਾਂ ਦਾ ਸਹਿਯੋਗ ਚਾਹੀਦਾ। ਔਰ ਪ੍ਰਸ਼ਾਸਨ ਕੋਲੋਂ ਇਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਵਾਰਦਾਤਾਂ ਨੂੰ ਕਰਨ ਵਾਲੇ ਚੋਰਾਂ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਆਪ ਜੀ ਜੁੜੇ ਹੋ LBS ਨਿਊਜ਼, ਮੈਂ ਮਨਪ੍ਰੀਤ ਸਿੰਘ, ਆਜ਼ਾਦ ਕੈਮਰਾਮੈਨ ਫਤਿਹ ਦੇ ਨਾਲ।